ਬਲੋਚ ਇਸੇ ਕੰਮ ਆਇਆ।
ਜੀ ਬੋਲ ਪੁੱਤਰ ਲੱਗਣਾ। ਉਹ ਹੋਰ ਆਉਣਗੇ ਜਿਹੜੇ ਪੁੱਤਰ ਲੱਗਦੇ ਨੇ, ਇਹ ਬਲੋਚ ਇਹ ਪੁੱਤਰ ਦਿੰਦਾ। ਪਰਲਾ ਕਮਰਾ ਨਾ ਉੱਥੋਂ ਗੱਦੇ ਚ ਪਵਾ ਦੇ, ਪਰਾਲੀ ਵੀ ਛਵਾ ਕੇ ਤੇ ਕੂੰਠਣੀ ਬੰਨ ਦੇ। ਸ਼ਹਿਰ ਕਿਵੇਂ? ਤੂੰ ਤਾਂ ਸ਼ਹਿਰ ਚ ਲਾਗੇ ਬੜਾ ਵੱਡਾ ਡਾਕਟਰ ਹੋ। ਡਾਕਟਰ ਹੋ ਆ? ਕੱਲ ਮੈਂ ਪਿੰਡ ਬੈਠਾ 12:30 ਵਜੇ ਟੀਵੀ ਦੇ ਕੇ, ਉੱਥੇ ਚੱਲਿਆ ਤੇਰਾ ਅੰਡਰਵੇਅਰ। ਸਾਰੇ ਪਿੰਡ ਨੇ ਮੇਰੇ ਮੂੰਹ ਤੇ ਜੁੱਤੀਆਂ ਮਾਰੀਆਂ ਨੇ, ਵਿੱਚ 5-6 ਬੰਦੇ ਰਹਿ ਗਏ ਸਨ। ਸਵੇਰੇ ਮੈਂ ਕੁੰਡੀ ਖੜਕਾ ਕੇ ਖਾਧੀ ਉਹਨਾਂ ਕੋਲੋਂ। ਮੈਂ ਕੋਈ ਰਹਿ ਨਾ ਜਾ, ਇਨਸਾਫ ਪਸੰਦ ਜੀ ਹੋਏ ਹੈ ਬਾਈ ਜੀ। ਮੈਂ ਹੁਣ ਫਿਲਮਾਂ 'ਚ ਕੰਮ ਕਰਨਾ ਹੈ। ਜਮੀਲ ਹੋ ਯਾਰ, ਮੈਨੂੰ ਕਿਸੇ ਚੰਗੀ ਜਿਹੇ ਹੀਰੋਇਨ ਨਾਲ ਪਾ ਦੇ, ਮੈਂ ਪਿਆ ਰਹਿਣਾ, ਮੈਂ ਕਿਹੜਾ ਹਿੱਲਣਾ। ਮੇਰਾ ਨਾਂ ਜੀ ਹੀਰੋ। ਤੁਹਾਡਾ ਨਾਂ ਕੀ ਹੈ? ਜਨਤੇ ਨਹੀਂ, ਮੇਰਾ ਨਾਮ ਹੈ ਖੁਸ਼ੀ। ਅੱਲਾ ਵਹਾਏਗਾ, ਅੱਲਾ ਵਹਾਏਗਾ। ਪਹੁੰਚ ਗਏ ਨਾ ਟਾਈਮ ਨਾਲ ਇੱਥੇ, ਖੁਸ਼ੀਆਂ ਖੁਸ਼ੀਆਂ ਹੋ ਜਾਣੀਆਂ। ਭੇਜ ਵੀ ਦਿਆਂਗੇ, ਕੋਈ ਟੈਨਸ਼ਨ ਨੀ ਲੈਣੀ। ਅੱਛਾ ਅੱਛਾ, ਤੇ ਨਾਲੇ ਮੂੰਹ ਪਰੇ ਰੱਖ, ਜੁਰਾਬਾਂ ਦੀ ਬੋ ਆਉਂਦੀ ਪਰੇ ਗਾ। ਮੈਂ ਜੁਰਾਬਾਂ ਮੂੰਹ ਪਾ ਕੇ ਰਹਿੰਦਾ। ਨਾ ਜੀ ਨਾ, 2.5 ਫੁੱਟ ਦਾ ਨਹੀਂ, 2.75 ਫੁੱਟ ਦਾ। ਜਿਹੜਾ ਮੂੰਹ ਨਾਲ ਪਾਵੇ ਤੋੜ ਲੈਂਦਾ ਹੈ। ਉਹ ਤੇ ਕਰਦੇ ਸੀ ਅਸ਼ਰ, ਤੂੰ ਵੀ ਦੀਆ ਪੈਣਾ ਲੈ। ਨਹੀਂ ਉਹ ਸਾਡਾ ਸਾਹਿਬ ਆ, ਮੈਂ 80-85 ਵਾਲਾ। ਹਾਂ ਭਾਈ, ਕੌਣ ਆਏ? ਇਹ ਹੈਗਾ ਆਪਣਾ ਪਿੰਡ ਹੁੰਦਾ ਲੱਕੜ ਦੇ ਘੋੜੇ 'ਚ ਵੜ ਕੇ ਨੱਚਦਾ। ਹਾਂ ਜੀ, ਇਹਦੀ ਵਾਲਦਾ ਦੌਰ ਸੀ ਨਾ, ਤੇ ਮੈਂ ਹੀ ਨੱਚਿਆ। ਉਹ ਫਿਰ ਅੱਗੇ ਦੀ ਵਾਰੀ ਆਈ ਤਾਂ ਬਲੋਚ ਨੇ ਦੌੜ ਲਾਤੀ। ਦੌੜਨਾ ਚਾਹੀਦਾ ਵੀ, ਬਲੋਚ ਇਨਸਾਫ ਪਸੰਦ ਬੰਦਾ ਹੈ। ਥੋੜਾ ਇਨਸਾਫ ਜਿੱਥੇ ਦਿਲ ਨਾ ਮੰਨੇ ਉੱਥੇ ਨਾ ਖਲੋਵੋ। ਇਹ ਮੈਂ ਕਿਹਾ ਗੱਲ 'ਚ ਬੈਗ ਪਾਇਆ, ਬੱਸਾਂ 'ਚ ਸੇਵਾ ਕਰਦਾ ਹਾਂ। ਹਾਂ ਲਿਆਓ ਬੱਚੀ, ਉਹਦੀ ਜੰਡ ਲਾ ਦੇਵਾਂ। ਚੱਲ ਨਹੀਂ ਅੱਗੇ ਹੋ, ਮੈਂ ਓ ਹੈਲੋ
ਮੇਰੇ ਕੋਲ ਤਾਂ ਤੇਰੇ ਨਾਲ ਵੀ ਲੰਮਾ ਆਈ ਨਾ ਨਾ ਬਲੋਚ ਇਨਸਾਫ ਵਾਲਾ ਹੁਣ ਮੇਰੀ ਵਾਰੀ ਹੈ ਲਾਇਆ ਪਿੰਡ ਵੀ ਨਾ ਵਾਪਸ ਕਰਨਾ ਹੈ ਹੋਰ ਕੀ ਹਾਲ ਹੈ ਠੀਕ ਹੈ ਠੀਕ ਠਾਕ ਕੀ ਠੀਕ ਠਾਕ ਠੀਕ ਪਹਿਲੇ ਫਿਰ ਠਾਕ ਠੀਕ ਹੀ ਹੁੰਦਾ ਠਾਕ ਵਿੱਚ ਕਿਉਂ ਪਾਉਂਦੀਆਂ ਮੈਂ ਆਖਿਆ ਜੀ ਹੋਰ ਕੀ ਖਾਣਾ ਪੀਣਾ ਹੈ ਜੀ ਕੀ ਖਾਣਾ ਹੈ ਮੈਨੇ ਪੀਣੀ ਹੈ ਪੈਪਸੀ ਪੈਪਸੀ ਪੀਣੀ ਹੈ ਜਾ ਪੀ ਜਾ ਤੇ ਬਲੋਚ ਤੇਰੇ ਪਿਓ ਦਾ ਨੌਕਰ ਹੈ ਮੈਂ ਲਿਆਵਾਂ ਚਗਲ ਜਹਾਨ ਦੀ ਨਾ ਆਵੇ ਬਲੋਚ ਨਹੀਂ ਇਹੋ ਜਿਹਾ ਇਹ ਹੈ ਕੋ ਸਟੂਪਿਡ ਮੈਨ ਹੈ ਦੱਸਿਆ ਤੇ ਹੈਗਾ ਤੁਹਾਨੂੰ ਸਾਨੂੰ ਸਮਝ ਨਹੀਂ ਆ ਰਹੀ ਬਲੋਚ ਤਾਰਫ ਕਰਾ ਦੇ ਯਾਰ ਕੀ ਕਰਾ ਫੇ ਜੀ ਹੈ ਹੈ ਕੋ ਸਟੂਪਿਡ ਮੈਨ ਅੱਛਾ ਅੱਛਾ ਮੈਂ ਸਮਝਿਆ ਇੰਗਲਿਸ਼ ਬੋਲਦੀ ਪਈ ਕੀ ਕਹਿ ਨਹੀਂ ਕੀ ਹੈ ਕੋ ਸਟੂਪਿਡ ਮੈਨ ਸਟੂਪਿਡ ਮੈਨ ਇਹ ਕਹਿੰਦੀ ਪਈ ਇੱਧਰ ਉਹ ਚਗਲ ਜਹਾਨ ਦੀ ਆ ਚਾਰ ਜਮਾਤਾਂ ਪੜ੍ਹੀ ਹੁੰਦੀ ਤੈਨੂੰ ਪਤਾ ਹੁੰਦਾ ਕੀ ਪਿਆਦੀ ਹੈ ਮੈਨੂੰ ਦੱਸੋ ਜੀ ਸਟੂਪਿਡ ਡੋਂਕੀ ਹੈ ਆਦੀ ਹੈ ਮੇਰੇ ਮਾਲਕ ਦਾ ਦੋਸਤ ਕਿੰਨੀ ਵਾਰੀ ਦੱਸਣਾ ਪਾ ਸੰਡਾ ਕਿਤੇ ਖੁੱਲ ਗਿਆ ਬਾਹਰ ਨਿਕਲ ਬਲੋਚ ਮਰ ਗਿਆ ਬਕਵਾਸ ਬੰਦ ਕਰੋ ਮੈਂ ਇਹੋ ਹੀ ਲੈਣੀ ਬਾਈ ਜੀ ਤੂੰ ਚੌਥੀ ਚ ਪੜ੍ਹਨਾ ਇਹੋ ਹੀ ਲੈਣੀ ਉੱਧਰ ਸਦਕਾ ਦੇਣਾ ਤੇਰੀ ਸਿਹਤ ਨਾ ਪੈਦਾ ਹੁੰਦਾ ਤੇਰੇ ਪੰਜ ਛੇ ਭਰਾ ਹੋਰ ਹੋਣੇ ਸੀ ਹਾਥੀ ਮੈਂ ਤੈਨੂੰ ਸੈਰ ਕਰਾਵਾਂ ਤੂੰ ਨਾ ਵੇਖ ਉਹਨਾਂ ਨੇ ਕੱਪੜੇ ਨੀ ਪਾਏ ਵੇਖੋ ਮੇਦਾ ਨਜ਼ਰ ਆਉਂਦਾ ਤੈਨੂੰ ਜੁੱਤੀ ਪਈ
ਅੱਛਾ ਜੁੱਤੀ ਪਈ ਤੇਰੀ ਆ ਤਿੱਲੇ ਵਾਲੀ ਜੁੱਤੀ ਮੇਰੀ ਹੈ ਉਹ ਤੂੰ ਜਾ ਕੰਮ ਕਰ ਤਿੱਲੇ ਵਾਲੀ ਰਹਿ ਦੇ ਲੋਗੇ ਲੱਭਦੀ ਨੇ ਪਈ ਵਾਹ ਇਹ ਵਾਹ ਤੇ ਬਾਹਰ ਜਾ ਕੇ ਸੜਕ ਤੇ ਵਾਹ ਇਹਦੇ ਹੱਥ ਗਲ ਜਹਾਨ ਦੀ ਆ ਇਹਨੂੰ ਮੰਨ ਇਹਨੂੰ ਅਜੇ ਵੀ ਤੋਲ ਕੇ ਵੇਚੋ 1800 ਦਾ ਹੋ ਜਾਣਾ ਬਲੋਜ ਗੱਲ ਸੁਣੀ ਯਾਰ ਕੀ ਗੱਲ ਆ ਜਿਹੜੀ ਕੁੜੀ ਉਹ ਜਲ ਤੁਮ ਨੂੰ ਚਲ ਖੈਰ ਇੱਕ ਰਹਿੰਦਾ ਸੀ ਪਹੁੰਚ ਗਿਆ ਬਾਕੀ ਗੱਲਾਂ ਦੀ ਗੱਲਾਂ ਮਜ਼ਾ ਆਇਆ ਆ ਨਾ ਕੀ ਨਾਂ ਤੁਹਾਡਾ ਮੇਰਾ ਨਾਮ ਹੈ ਖੁਸ਼ੀ ਤੇਰਾ ਨਾਂ ਅੱਜ ਤੋਂ ਬਾਅਦ ਬਦਲ ਗਿਆ ਹੈ ਕੀ ਤੇਰਾ ਨਾਂ ਹੈ ਖੁਸ਼ੀ ਬਲੋਚਨੀ ਬਲੋਚ ਦੇ ਨਾਲ ਬੈਠੀ ਹੈ ਅੱਛਾ ਹਾਂ ਅੱਜ ਤੇ ਜਾ ਰਹੇ ਹਾਂ ਯਾਰ ਪਿਛਲੇ ਰੋੜੇ ਵਜੇ ਭੁੱਲ ਗਿਆ ਐਵੇਂ ਗਾਜੀ ਕੋਲ ਗਲਤੀ ਹੋਈ ਗੱਲ ਹੀ ਬਣਾ ਲੈਂਦਾ ਹਾਂ ਜੀ ਸੁਨੀਲ ਸਾਹਿਬ ਕੋਲ ਨਹੀਂ ਹੋਈ ਹਾਂ ਜੀ ਮੈਂ ਆਖਿਆ ਜੀ ਚਾਹ ਪੀਸੋ ਹਾਂ ਜੀ ਮੈਨੇ ਕਰੋ ਕਿ ਮੈਂ ਚਾਹ ਪੀਣੀ ਹੈ ਗਰਮ ਚਾਹ ਪੀਣੀ ਹੈ ਭਾਈ ਮੇਰੇ ਤੋਂ ਚੰਗੀ ਚਾਹ ਕੌਣ ਗਰਮ ਕਰਦਾ ਹੈ ਮੈਂ ਤੇ ਐਸੀ ਆਲਾ ਚਾਹ ਗਰਮ ਕਰਦਾ ਆ ਪਰ ਸੋ ਚਾਹ ਮੇਰੇ ਨਾਲ ਲੜ ਪਈ ਕਹਿੰਦੀ ਬਲੋਚ ਤੂੰ ਅਜੀਬ ਹੈ ਮੈਨੂੰ ਗਰਮ ਕਰਕੇ ਆ ਬਾਹਰ ਨਿਕਲ ਜਾਂਦਾ ਹੈ ਮੈਂ ਆ ਕੇ ਹੁਣ ਤੱਤੀ ਤੱਤੀ ਤਾਂ ਨਹੀਂ ਨਾ ਪੀਣੀ ਉਹ ਤੇ ਮੇਰੀ ਗੱਲ ਸੁਣ ਲਓ ਕਰਾਚੀਓਂ ਆਏ ਹੋ ਜੀ ਮੈਂ ਕਰਾਚੀ ਸੇ ਆਈ ਹੂੰ ਆ ਯੈਸ ਯੈਸ ਸਮਝ ਆਈ ਸਾਨੂੰ ਹਰ ਗੱਲ ਯੈਸ ਹੀ ਕਹਿਣੀ ਹੈ ਕੋਈ ਵੀ ਅੰਗਰੇਜ਼ੀ ਬੋਲੇ ਤੂੰ ਯੈਸ ਕਹੀ ਜਾਣਾ ਆ ਯਾਰ ਕਹਿਣਾ ਕਰੋ ਬੱਚੀਆਂ ਦੌੜ ਗਈਆਂ ਕਹਿਣਾ ਯੈਸ ਯੈਸ ਕਹਿਣਾ ਜੀ ਕੈਸੇ ਬੱਚੀਆਂ ਭਾਗ ਗਈਆਂ ਹਾਂ ਜੀ ਇਹਨਾਂ ਦੀਆਂ ਬਲੋਚ ਏਡਾ ਵੀ ਚਵਲ ਨਹੀਂ ਇਨਸਾਫ ਪਸੰਦ ਹੈ ਨਾ ਉਹ ਠੀਕ ਹੈ ਅੱਛਾ ਵੋ ਕਿਆ ਭਾਭੀ ਜੀ ਆ ਜਾਓ ਆ ਬਰਜਾਈ ਕੈਸੇ ਹੋ ਤੁਮ ਅੱਛਾ ਬਸ ਹੋ ਬਸ ਹੋ ਤੁਹਾਡੇ ਬੇੜੇ ਗਰਗ ਹੋ ਜਾਣ ਚਲ ਖੈਰ ਇੱਧਰ ਆ ਅਸੀਂ ਵੀ ਅਫਸੋਸ ਕਰ ਲਈਏ ਪਰੇ ਹੋ ਜਾ ਬਲੋਚ ਇਸ ਕੰਮ ਆਇਆ ਮਤਲਬ ਚਾਰ ਜਮਾਤਾਂ ਪੜ੍ਹੀ ਹੁੰਦੀ ਪਤਾ ਹੁੰਦਾ ਕੀ ਆਦੀ ਪਈ ਸਾਰੀਆਂ ਤੂੰ ਪੜ ਗਿਆ ਪੈਨੂੰ ਯੂ ਡੋਂਕੀ ਮਿਹਰਬਾਨੀ ਆ ਮੇਰੀ ਕਿਸੇ ਨੇ ਅੱਜ ਤੱਕ ਇੰਨੀ ਇੱਜ਼ਤ ਨਹੀਂ ਕੀਤੀ ਐਸੇ ਕਰੋ ਤੁਮ ਇਸ ਕੇ ਇਨਕਾ ਨਾ ਕਮਰਾ ਠੀਕ ਕਰ ਦੋ ਇਹ ਭਾਬੀ ਜੀ ਮੇਰੇ ਵਾਲੇ ਕਮਰੇ ਸੌ ਜਾਣਗੇ ਔਰ ਤੂੰ ਮੈਂ ਆਪਣੇ ਵਾਲੇ ਚ ਸੌ ਜਾਣਾ ਹੈ ਇਹ ਉਸ ਕਮਰੇ ਤੂੰ ਆਪਣੇ ਵਾਲੇ ਚ ਇਹ ਕਿਹੜੀ ਤੇਰੀ ਮਾਂ ਦੀ ਸਹਿਜ ਸੀ ਕਮਰਾ ਤਾਂ ਇੱਕੋ ਹੀ ਬਣਦਾ ਪਿਆ ਚਲੋ ਆ ਜੀ ਆ ਕਿਤਨੇ ਪਿਆਰੇ ਹੋ ਕਿਉਟੇ ਡੁੱਬ ਕੇ ਮਰ ਜਾ ਐਡਾ ਨੱਕ ਲਈ ਫਿਰਨੇ ਆ ਹੈ ਕੀ ਕੀਤਾ ਹੈ ਕੀ ਕੀਤਾ ਹੈ ਕਿਤਨੇ ਪਿਆਰੇ ਕਿਉਟ ਸੀ ਉਹ ਐ ਹੁਣ ਮੈਨੂੰ ਨਾ ਕਰੀ ਮਨਾ ਸੇ ਨਹੀਂ ਬਲੋਚ ਇਸ ਗੱਲ ਤੇ ਬੜਾ ਗੁੱਸਾ ਹੁੰਦਾ ਹੁਣ ਮੈਨੂੰ ਨਾ ਕਰੀ ਇੰਜ ਉਹ ਚੰਗਾ ਰਿਹਾ ਹੈ ਬਲੋਚ ਇਨਸਾਫ ਪਸੰਦ ਨੇ ਵਾਰੀ ਤੇ ਆਲੀ ਆਣੀ ਹੁੰਦੀ ਹੈ ਚਲੋ ਯਾਰ ਅਸੀਂ ਕਿਹੜਾ ਹਿੱਕ ਤੇ ਲੈ ਕੇ ਜਾਣੀਆਂ ਆਪ ਕਿੰਨੇ ਬੁਰੇ ਹੋ ਚਲੋ ਆ ਜਾ ਹੁਣ ਅੱਗੇ ਨਹੀਂ ਰਹਿਣ ਦੇ ਮੇਰਾ ਛੋਨਾ ਸਾ ਪਾਰਾ ਸਾ ਬੱਚਾ ਕੱਲੀ ਕੱਲੀ ਆ ਉਹ ਮੈਂ ਇਹਨੇ ਜੋਗਾ ਨਹੀਂ ਮੈਂ ਕੀ ਕਹਿਆ ਦੇ ਛੋਨਾ ਸਾ ਪਾਰਾ ਸਾ ਬੱਚਾ ਮੈਂ ਵੀ ਆਖੇ ਤਨਖਾਹ ਕਿਉਂ ਨਹੀਂ ਲੈਂਦਾ ਇਹਨੂੰ ਵੀ ਰੌਲਾ ਪੈ ਗਿਆ ਆਓ ਜੀ ਕਮਰੇ ਆਓ ਜੀ ਮੈਂ ਤੁਹਾਡਾ ਕਮਰਾ ਠੀਕ ਕਰਵਾਤੀ ਹੂੰ ਔਰ ਤੁਸੀਂ ਐਸੋ ਸੱਜੇ ਹੱਥੋਂ ਜੇ ਨਾਲ ਹੀ ਖੰਭਿਆ